असल वालेकुम गाइज क्या हाल है ठीक है उम्मीद करते हैं कि आप सब ठीक होंगे आप यूट्यूब का चैनल देख रहे हैं रहमान ऑफिशियल प्लीज़ मेरे चैनल को सब्सक्राइब करें लाइक करें और शेयर करें अच्छा पाल गाइज जैसा कि आपको पता है कि आज मिस्ट्री साहब नहीं आए ये पानी पाया सी क्योंकि उन्होंने चुनाई करनी सी गारे की तो हूँ पानी थोड़ा जहा है थोड़ा जहाँ होर पानी पा दे क्योंकि सुबह नु आएगा तो बिल्कुल दलिया बनिया होएगी मिट्टी ਉਹਨਾਂ ਨੂੰ ਜ਼ਰਾ ਨਾ ਗਦਾਈ ਕਰਨੀ ਆਸਾਨ ਹੋਏਗੀ ਨਾਲੇ ਐਵੇਂ ਪਾਣੀ ਨਾ ਬੰਦਾ ਪਾਵੇ ਤੇ ਸੋਕ ਜਾਂਦੀ ਹੈ ਰੂਟਰ ਚਲਾਣਾ ਮੈਂ ਰੂਟਰ ਚਲਾ ਕੇ ਨਾਲੇ ਆ ਬਨੇਰੇ ਜਿਹੜੇ ਇਹਨਾਂ ਨੂੰ ਤਰਾਈ ਕਰਨੇ ਆ ਤੇ ਨਾਲੇ ਇਹਦੀ ਗਾਰੇ ਚ ਪਾਣੀ ਪਾਣੇ ਆ ਤੇ ਹੋਰ ਸਾਡੇ ਕੋਲ ਅੱਜ ਬੱਦਲ ਵਾਵਾ ਬਣੇ ਨੇ ਦੁਆ ਕਰੋ ਕਿ بارش ਵਗੈਰਾ ਨਾ ਹੋਵੇ ਕਿਉਂਕਿ ਅੱਗੇ ਵੀ ਫਸਲਾਂ ਦਾ ਕੁਝ ਨਹੀਂ ਬਚਿਆ ਅਗਰ ਰਹਿੰਦੀ ਹੋਰ بارش ਪੈ ਗਈ ਤੇ ਫਿਰ ਬਿਲਕੁਲ ਨਹੀਂ ਕੁਝ ਬਚਣਾ ਆਏਗਾ ਅੱਲਾਹ ਪਾਖ ਖੈਰ ਕਰੇ ਉਹਨਾਂ ਦਾ ਸ਼ਟਰਿੰਗ ਦਾ ਸਮਾਨ ਪਿਆ ਮਿਸਤਰੀਆਂ ਦਾ ਸਰੀਆ ਵਗੈਰਾ ਹੋਰ ਆਂਦਾ ਮਾਸ਼ਾਅੱਲਾ ਅਸੀਂ ਹੁਣ ਗਾਰਡਨ ਟਾਇਰਾਂ ਨੂੰ ਰੰਗ ਵੀ ਕਰਨਾ ਵੱਡਾ ਭਾਈ ਜਿਹੜਾ ਰੰਗ ਕੋਲ ਰਿਹਾ ਉਹ ਪਰਲੇ ਕੈਂ ਦੇ ਵਿੱਚ ਮਿੱਟੀ ਦਾ ਤੇਲ ਆ ਕਾਲੇ ਰੰਗ ਜਿਹੜਾ ਕਰਨਾ ਗਾਰਡਨ ਟਾਇਰਾਂ ਨੂੰ ਇੱਟਾਂ ਦੇ ਲੱਗ ਗਏ ਨੇ ਲੈਨ ਵੱਜ ਕੇ ਹੁਣ ਅੱਲਾ ਖੈਰ ਕਰੇ ਤੇ ਮੈਂ ਉਧਰ ਬਾੜ ਬਨੇਰਿਆਂ ਨੂੰ ਪਾਣੀ ਤਰੋਕਲਾ ਬਨੇਰਿਆਂ ਤੋਂ ਪਾਣੀ ਤਰੋਕਣੇ ਤੋਂ ਬਾਅਦ ਗਾਰੇਚ ਪਾਣੀ ਪਾਲਾ ਮੈਂ ਜਾ ਰਿਹਾ ਡੂਟਰ ਚਲਾਣ ਲੈ ਲਾਈਟ ਪਤਾ ਨਹੀਂ ਆਈ ਕਿ ਨਹੀਂ ਓ ਅਫਸੋਸ ਲਾਈਟ ਹੀ ਨਹੀਂ ਹੈ ਚਲੋ ਜੇ ਦੂ ਲਾਈਟ ਆਏਗੀ ਲਾਈਟ ਆਉਣੇ ਤੋਂ ਬਾਅਦ ਫੇਰ ਇਹਨੂੰ ਜਿਹੜਾ ਪਾਣੀ ਧੌਂਕਣਾ ਉਹ ਕਰਨੇ ਆ ਇਹਨਾਂ ਨੂੰ ਰੰਗ ਕਰਨੇ ਆ ਉਹਨੇ ਚੱਕੜ ਜਿਹੜਾ ਰੰਗ ਕੋਲਦਾ ਤੇ ਫੇਰ ਅਸੀਂ ਗਾਰਡਨ ਟੀਆਂ ਰੰਗ ਮਾਰ ਲੈਨੇ ਆ ਫੇਰ ਬਾਅਦ ਚੋਲਾ ਖੈਰ ਕਰੇ ਲਾਈਟ ਆ ਜਾਏਗੀ ਫੇਰ ਬਾਅਦ ਚ ਰੂਟਰ ਚਲਾ ਕੇ ਪਾਣੀ ਵਗੈਰਾ ਮਾਰਨੇ ਆ ਉਹਨੇ ਚੱਕਰ ਬਾਹਰ ਜਾਣੇ ਆ ਜਾ ਕੇ ਹਵੇਲੀ ਦਾ ਹਾਲ ਵਾਰ ਲੈਨੇ ਆ ਕੋਈ ਮਾਲ ਨੂੰ ਪੱਟ ਛੱਠੇ ਪਾਣੇ ਨੇ ਤੇ ਵੇਖੀਏ ਕੋਈ ਕਿਉਂਕਿ ਮੁਰਗੀਆਂ ਵਗੈਰਾ ਰੱਖਿਆ ਨੇ ਨਾ ਉਹ ਜਿਹੜੀਆਂ ਨੇ ਖੁਰਲੀਆਂ ਦੇ ਵਿੱਚ ਵੜਦੀਆਂ ਨੇ ਵੜ ਕੇ ਤੇ ਵਿੱਚ ਥੂੜੀ ਛੂੜੀ ਬਾਹਰ ਸੁੱਟਦੀਆਂ ਨੇ ਅੱਲਾ ਨਾ ਕਰੇ ਕੋਈ ਬੇਠ ਵਗੈਰਾ ਕਰ ਦੇਣ ਤੇ ਫਿਰ ਮਾਲ ਖਾਲੇ ਮਾਲ ਬਿਮਾਰ ਹੋ ਜਾਂਦਾ ਇਸ ਵਜ੍ਹਾ ਤੋਂ ਇੱਕ ਖੁਰਲੀ ਖਾਲੀ ਪਈ ਹੈ ਇਹਦੇ ਵਿੱਚ ਪੱਠੇ ਪਾਣੇ ਆ ਕਿਉਂ ਹੁਣ ਪਹਿਲਾਂ ਗਿਤਾਵਾ ਕੀਤਾ ਮਾਲ ਨੇ ਗਿਤਾਵਾ ਤੇ ਇੱਕ ਵਾਰੀ ਖਾ ਲਿਆ ਹੁਣ ਇਸ ਤੋਂ ਬਿਹਤਰ ਹੈਗਾ ਪਹਿਲਾਂ ਮਾਲ ਨੂੰ ਪਾਣੀ ਦਾਨਾ ਪਾਣੀ ਢਾ ਕੇ ਤੇ ਫਿਰ ਬਾਅਦ ਚ ਜਿਹੜੇ ਅੱਗੇ ਦੇਸੀ ਜਗ੍ਹਾਆਂ ਨਾਲ ਪੱਠੇ ਕੁੱਤਰੇ ਨੇ ਪਿਛਲੇ ਵਲੌਗ ਦੇ ਵਿੱਚ ਤੇ ਫਿਰ ਬਾਅਦ ਚ ਉਹ ਪੱਠੇ ਸੁੱਟਨੇ ਆ ਇਹਨਾਂ ਨੂੰ ਔਰ ਜਿਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਅੱਗੇ ਸ਼ੇਅਰ ਕਰੋ ਅਡਾ ਦਿਓ ਫੜ ਕੇ ਹਵਾਲਾ ਸਭ ਦਾਣਿਆਂ ਦਾ ਪੀਣ ਕਰ ਰਹੇ ਨੇ ਕਿਉਂਕਿ ਵਿੱਚ ਕੁੰਡੀ ਵਗੈਰਾ ਹੁੰਦੀ ਹੈ ਉਹ ਸਾਫ਼ ਹੋ ਜਾਂਦੀ ਹੈ ਨਹੀਂ ਤੇ ਐਵੇਂ ਆਟੇ ਦੇ ਵਿੱਚ ਹੁੰਦੀ ਹੈ ਇਸ ਵਜ੍ਹਾ ਤੋਂ ਆਟੇ ਦੀ ਸਫਾਈ ਕਰ ਰਹੇ ਹਾਂ ਦਾਣਿਆਂ ਦੀ ਸੋਰੀ ਮੈਂ ਮਾਲ ਖੋਲਣ ਨਗਾ ਸੀ ਜਾਨਵਰ ਮੈਂ ਕਿਹਾ ਫਿਰ ਨਿਹਰਾ ਹੋ ਜਾਣਾ ਇਸ ਤੋਂ ਪਹਿਲਾਂ ਥੰਬਨੇਲ ਵਾਸਤੇ ਇੱਕ ਫੋਟੋ ਲੈ ਲਈਏ ਥੰਬਨੇਲ ਵਾਸਤੇ ਗਿਆ ਸੀ ਇੱਕ ਫੋਟੋ ਲੈਣ ਫੋਟੋ ਲੈ ਕੇ ਆਇਆ ਹੁਣ ਮੱਜਾਂ ਨੂੰ ਖੋਲਣਾਗਾ ਪਾਣੀ ਡਾੜਨਾਗਾ ਮਾਲ ਸਾਰਾ ਖੋਲ ਲਿਆ ਕੋਈ ਕਿੱਧਰ ਭੱਜਾ ਜਾ ਰਿਹਾ ਕੋਈ ਕਿੱਧਰ ਭੱਜਾ ਜਾ ਰਿਹਾ ਕੋਈ ਵੀ ਆਪਣੀ ਲਾਈਨ ਚ ਨਹੀਂ ਜਾ ਰਿਹਾ ਇਸ ਟਾਈਮ ਮਾਲ ਇਨਾ ਜ਼ਿਆਦਾ ਪਾਣੀ ਪੀਂਦਾ ਤੇ ਨਹੀਂ ਅਸੀਂ ਫਿਰ ਵੀ ਡਾ ਦੇਨੇ ਕਿਉਂਕਿ ਇੱਕ ਟਾਈਮ ਕਿਤਾਬਾ ਕਰੀਦਾ ਇੱਕ ਟਾਈਮ ਦੂਸਰ ਹਰ ਹਰ ਲਾਈਦਾ ਜਵਾਰ ਵਗੈਰਾ ਫਿਰ ਵੀ ਅਸੀਂ ਕਹਿੰਨੇ ਆ ਪਾਣੀ ਪੀ ਲਿਆ ਕਰੇ ਮਾਲ ਤੇ ਸਰਦੀਆਂ ਨੂੰ ਬਸ ਇੱਕ ਟਾਈਮ ਹੀ ਡਾਣਾ ਪਿੰਦਾ ਗਰਮੀਆਂ ਨੂੰ ਦੋ ਟਾਈਮ ਡਾਣਾ ਪਿੰਦਾ ਇਹ ਕਿ ਪਿਆਸ ਹੋਵੇ ਤੇ ਮਾਲ ਸਿੱਧਾ ਨਾ ਜਾਵੇ ਇਸ ਮਾਲ ਨੂੰ ਇੰਨੀ ਪਿਆਸ ਨਹੀਂ ਤਾਂ ਦੀ ਮਾਲ ਕਦੀ ਇੱਧਰ ਜਾਂਦਾ ਕਦੀ ਇੱਧਰ ਜਾਂਦਾ ਜਿਨ੍ਹਾਂ ਨੂੰ ਪਿਆਸ ਲੱਗੀ ਹੈ ਸਿੱਧਾ ਡਿੱਗੀ ਤੇ ਛੱਪਰ ਤੇ ਪਾਣੀ ਪੀਣ ਅੱਜ ਫਾਈਨਲੀ ਗਾਇਜ਼ ਇੱਕ ਗੁੱਡ ਨਿਊਜ਼ ਹੈ ਉਹ ਵੀ ਤੁਹਾਨੂੰ ਸੁਣਾਣਾ ਕਿਹੜੀ ਗੁੱਡ ਨਿਊਜ਼ ਹੈ ਅੱਗੇ ਮੈਂ ਇੱਕ ਵਲੌਗ ਬਣਾ ਚੁੱਕਿਆ ਹੁਣ ਮੈਂ ਦੂਸਰਾ ਵਲੌਗ ਸਟਾਰਟ ਕੀਤਾ ਅਲhamdulillah ਅੱਗੇ ਇੱਕ ਵਲੌਗ ਜਿਹੜਾ ਬਣਾਇਆ ਸੀ ਉਹ ਮੈਂ ਪੋਸਟ ਕਰ ਚੁੱਕਿਆ ਹੁਣ ਤਕਰੀਬਨ ਟਾਈਮ ਹੈ ਮੈਂ ਤੁਹਾਨੂੰ ਟਾਈਮ ਖਾਨਾ 7 ਵਜੇ 7 ਵਜੇ 13 ਮਿੰਟ ਟਾਈਮ ਇੰਨਾ ਤੇ ਮੈਂ ਫਿਰ ਵੀ ਵਲੌਗ ਸਟਾਰਟ ਕੀਤਾ ਅੱਜ ਦੂਸਰਾ ਅੱਜ ਮੇਰੀ ਦਿਲ ਦੀ ਖੁਆਇਸ਼ ਸੀ ਕਿ ਅੱਜ ਮੈਂ ਦੋ ਵਲੌਗ ਅਪਲੋਡ ਕਰਾਂ ਇਸ ਵਜ੍ਹਾ ਤੋਂ ਇੱਕ ਵਲੌਗ ਬਣਾ ਚੁੱਕਿਆ ਸੀ ਸਵੇਰ ਦਮ ਐ ਸ਼ਾਮੀ 6 ਵਜੇ ਤਕਰੀਬਨ ਉਹਦੀ ਐਡੀਟਿੰਗ ਕੀਤੀ ਹੈ ਐਡੀਟਿੰਗ ਕਰਕੇ ਪੋਸਟ ਕਰ ਚੁੱਕਿਆ ਮੈਂ ਤੇ ਹੁਣ ਮੈਂ ਕਿਹਾ ਇੱਕ ਹੋਰ ਕਿਉਂ ਨਾ ਵਲੌਗ ਬਣ ਜੇ ਤੇ ਮਾਸ਼ਾਅੱਲਾ ਹੁਣ ਦੂਸਰਾ ਵਲੌਗ ਸਟਾਰਟ ਕੀਤਾ ਦੂਸਰਾ ਵਲੌਗ ਬਣਾ ਰਿਹਾ ਉਹ ਦਿਨ ਐਸੇ ਜ਼ਮੀਨ ਦੇ ਵਿੱਚ ਸਾਰਾ ਪਾਣੀ ਖੜਾ ਸੀ ਪਾਣੀ ਸੋ ਗਿਆ ਉਹਨਾਂ ਨੇ ਹੁਣ ਹਲ ਵਗੈਰਾ ਮਾਰੇ ਨੇ ਹਲ ਮਾਰ ਕੇ ਹੁਣ ਪਤਾ ਨਹੀਂ ਉਹਨਾਂ ਨੇ ਕੀ ਕਾਸ਼ਤ ਕੀਤਾ ਬਾਜਰਾ ਵਗੈਰਾ ਕੀਤਾ ਜਾਂ ਜੰਤਰ ਕੀਤਾ ਜਾਂ ਸਵਾਂਕੀ ਇਹੇ ਚੀਜ਼ ਹੈ ਕਿਉਂਕਿ ਕਪਾਹ ਤਾਂ ਮੌਸਮ ਹੁਣ ਚਲਾ ਗਿਆ ਹੁਣ ਉਹਨਾਂ ਨੇ ਇਹੀ ਕਰਨਾ ਸੀ ਕਾਸ਼ਤ ਅਗਰ ਕਪਾਹ ਬੀਜਣ ਵੀ ਤੇ ਕਪਾਹ ਹੋਣੀ ਨਹੀਂ ਸੀ ਕਿਉਂਕਿ ਲੇਟ ਹੋ ਗਈ ਖੇਤਰ ਹੋ ਗਈ ਆ ਜਿਹੜੀ ਬੀਜੀ ਉਹਦੇ ਹਾਲਾਤ ਵੇਖ ਲੋ بارش ਨੇ ਬਿਲਕੁਲ ਕੋਈ ਚੀਜ਼ ਨਹੀਂ ਛੱਡੀ ਬਿਲਕੁਲ ਕੋਈ ਚੀਜ਼ ਨਹੀਂ ਰਹੀ ਕਪਾ ਖਤਮ ਹੋ ਗਈ ਹੈ ਮੈਂ ਮਾਲ ਛੱਡਿਆ ਨਾਲ ਹੀ ਮੇਰੇ ہمسਾਇਆ ਨੇ ਮਾਲ ਛੱਡ ਰਿਆ ਹੁਣ ਮੱਜਾਂ ਦੀ ਲੜਾਈ ਹੋਏਗੀ ਮੱਜਾਂ ਦਾ ਸ਼ੋਗਲਾ ਵੇਖਾਂਗੇ ਆ ਇਹਨਾਂ ਨੇ ਨਵੇਂ ਤਰੀਕੇ ਨਾਲ ਕਪਾ ਬੀਜੀ ਸੀ ਪਲੈਂਟਰ ਖਾਲੀ ਕਮਾ ਕੇ ਬਾਅਦ ਚ ਇਹਨਾਂ ਨੇ ਵਿੱਚ ਚੋਬੇ ਲਗਾਏ ਸੀ ਜਵੇਂ ਸਮੇਂ ਲੋ ਚੋਬੇ ਨਹੀਂ ਲਗਾਈਦੇ ਹੁੰਦੇ ਦੂਸਰੀ ਖੇਲ ਕੱਢ ਕੇ ਚੈੱਕ ਕਰੋ ਆ ਚੈੱਕ ਕਰੋ ਅੰਗੂਠਿਆਂ ਦੇ ਨਿਸ਼ਾਨ ਨਜ਼ਰ ਆ ਰਹੇ ਹੋਣੇ ਨੇ ਉਹਨਾਂ ਨੇ ਪਲੰਟਰ ਦੀ ਕਿਉਂਕਿ ਇਹਨਾਂ ਨੇ ਇਹ ਕਿਸੇ وجہ ਤੋਂ ਕੀਤੀ ਹੈ ਦੀ وجہ ਮੈਂ ਤੁਹਾਨੂੰ ਦੱਸਣਾ ਇਹਦੀ وجہ ਇਹ ਵੇ ਕਿ ਇਹਨਾਂ ਨੇ ਪਹਿਲਾਂ ਖਾਲੀ ਪਲੰਟਰ ਫੜਾਇਆ ਉਹਦੇ ਤੋਂ ਬਾਅਦ ਚੋਬੇ ਲਵਾਏ ਨਹੀਂ ਉਹਦੀ ਚੋਬੇ ਲਾਣ ਦੀ وجہ ਇਹ ਸੀ ਕਿ ਜਿਹੜਾ ਪਲੰਟਰ ਹੈ ਨਾ ਉਹ ਕਪਾ ਕੇਰ ਦਾ ਉਤਲੀ ਸਾਈਡ ਤੇ ਤੇ ਪਾਣੀ ਸਮਝ ਲੋ ਨਮੀ ਕਿਉਂਕਿ ਪਾਣੀ ਦੀ ਤੇ ਕਮੀ ਸੀ بارشਾਂ ਦਾ ਤੇ ਕੋਈ ਪਤਾ ਨਹੀਂ ਸੀਨਾ ਕਿ ਕਿਹਦੀ بارشਾਂ ਪੈਣਗੀਆਂ ਫਿਰ ਅੱਲਾਹ ਪਾਕ ਨੇ ਆਪਣੀ ਰਹਿਮਤ ਕੀਤੀ ਹੈ بارشਾਂ ਵਗੈਰਾ ਪੈ ਗਈਆਂ ਨੇ ਤੇ ਉਹ ਪਾਣੀ ਵਿੱਚ ਚੋਬਿਆਂ ਦੇ ਪਿਆ ਤੇ ਕਪਾਹ ਖਤਮ ਹੋ ਗਈ ਉਹਦੀ وجہ ਇਹ ਸੀ ਕਿ ਪਲੰਟਰ ਜਿਹੜਾ ਉੱਤੇ ਕਪਾਹ ਕੇਰਦਾ ਚੋਬੇ ਜਿਹੜੇ ਥੋੜੇ ਬੰਨ੍ਹ ਥੱਲੇ ਲਾ ਲਿੰਦਾ ਹਲਕੇ ਪਾਣੀ ਨਾਲ ਵੀ ਥੋੜਾ ਸੇਮਾ ਚਲਾ ਜਾਂਦਾ ਇਨਸ਼ਾ ਅੱਲਾਹ ਛੋਟੇ ਛੋਟੇ ਬੱਚੇ ਆਏ ਨੇ ਜਾਨਵਰਾਂ ਨੂੰ ਪਾਣੀ ਪਲਾਨ ਇੱਕ ਗੱਲ ਹੁੰਦੀ ਹੈ ਸ਼ੌਂਕ ਦੀ ਛੋਟੇ ਬੱਚਿਆਂ ਨੂੰ ਸ਼ੌਂਕ ਹੈ ਮਾਸ਼ੱਲਾ ਮਾਲ ਦਾ ਤੇ ਪਾਣੀ ਦਾ ਨਾਏ ਨੇ ਛੋਟੇ ਛੋਟੇ ਬੱਚੇ ਮੇਰੀਆਂ ਗਾਈਆਂ ਸਿੱਧੀਆਂ ਕਪਾ ਦੇ ਵਿੱਚ ਮੈਂ ਇਹਨਾਂ ਨੂੰ ਮੋੜਨਾ ਤੇਰਾ ਮਾਲ ਉਹ ਭੱਜ ਗਏ ਇਹਨੇ ਕੋ ਮੋੜ ਦਿਉ ਜਾ ਤੇ ਕਫਾ ਅੱਗੇ ਨਹੀਂ ਹੁੰਦੀ ਕਿਸੇ ਨੇ ਕਹਿਣਾ ਜਾਣ ਕੇ ਆਪਣਾ ਮਾਲ ਵੇ ਛੱਡਿਆ ਜੇ ਸੋਇਆ ਤੂੰ ਟਾਈਮ ਦੇ ਨਾਲ ਮਾਲ ਮੋੜੀਏ ਨਾ ਕੋਈ ਵੇਖੇ ਨਾ ਕੋਈ ਬੋਲੇ ਤਾਂ ਉਹ ਕਿ ਦੱਸਿਆ ਸੀ ਨਾ ਕਿ ਮਾਲ ਨੂੰ ਪਿਆਸ ਨਹੀਂ ਲੱਗੀ ਅਗਰ ਮਾਲ ਨੂੰ ਪਿਆਸ ਲੱਗੀ ਹੋਵੇ ਤੇ ਮਾਲ ਐਵੇਂ ਨਾਟਦਾ ਭਜਦਾ ਨਹੀਂ ਸਿੱਧਾ ਛੱਪੜ ਤੋਂ ਪਾਣੀ ਪੀ ਕੇ ਵਾਪਸ ਬੈਕ ਟੂ ਹੋਮ ਇਸ ਵਜ੍ਹਾ ਤੋਂ ਪਿਆਸ ਨਹੀਂ ਲੱਗੀ ਤੇ ਮਾਲ ਤੰਗ ਕਰ ਰਿਹਾ ਐਸ ਕੁ ਬਾਅਦ ਉਹਨਾਂ ਨੇ ਕੋਈ ਛੋਦਣ ਖਾਲੀ ਮਾਰ ਕੇ ਆ ਖਾਲੀ ਮਾਰੀ ਸੀ ਨਾਲ ਨਾਲ ਤੋੜੋ ਉੱਥੇ ਤੱਕ ਉੱਥੋਂ ਪਾਣੀ ਚੋਕ ਕੇ ਪਰਲੀ ਸਾਈਡ ਤੇ ਟਿੱਬੇ ਤੇ ਸੁੱਟਿਆ ਤੇ ਉਹਨਾਂ ਨੇ ਕੋਸ਼ਿਸ਼ ਬੜੀ ਕੀਤੀ ਵਿਚਾਰਨ ਦੀ ਲੇਕਿਨ ਇਹਦੇ ਚ ਬੱਚੀ ਕੋ ਪਾ ਫੇਰ ਵੀ ਨਹੀਂ ਕਿਉਂਕਿ ਥੋੜੇ ਦਿਨ ਹੋਏ ਸੀ ਕਿਹੜਾ ਕੀਤੀ ਨੂੰ ਉਹਨਾਂ ਦਾ ਦਿਲ ਸੀ ਕਰੰਡ ਨਹੀਂ ਹੁਣੀ ਤੇ ਉਗ ਪਈ ਲੇਕਿਨ ਫਿਰ ਵੀ ਉੱਗੀ ਨਹੀਂ ਕਰੰਡ ਹੋ ਗਈ ਹੈ ਚੱਕੋ ਗਾਇਜ਼ ਇੱਥੇ ਤਕਰੀਬਨ 10-12 ਦਿਨ ਪਾਣੀ ਖਲੋਤਾ ਰਿਹਾ بارش ਦਾ ਕਿੱਡਾ ਪਿਆਰਾ ਗ੍ਰੀਨ ਏਰੀਆ ਵਾਲਾ ਘਾਹ ਹੋ ਗਿਆ ਮਾਸ਼ਾਅੱਲਾ ਕਿੱਡਾ ਖੂਬਸੂਰਤ ਲੱਗ ਰਿਹਾ ਮੇਰੇ ਨਾਲ ਮੇਰਾ ਡੋਗੀ ਵੀ ਡੇਲੀ ਹੁੰਦਾ ਹੈ ਜਾਨਵਰਾਂ ਨੂੰ ਪਾਣੀ ਪਲਾਂ ਹੈ ਗਾਇਜ਼ ਬੱਦਲ ਦੇਖੋ ਕਿੱਡੇ ਪਿਆਰੇ ਲੱਗ ਰਹੇ ਨੇ ਉਹ ਉੱਪਰ 에ਰੋਪਲੇਨ ਵੀ ਜਾ ਰਿਹਾ ਨਜ਼ਰ ਤੇ ਨਹੀਂ ਆਉਣਾ ਲੇਕਿਨ ਬੱਦਲ ਮਾਸ਼ਾਅੱਲਾ ਕਿੱਡੇ ਪਿਆਰੇ ਲੱਗ ਰਹੇ ਨੇ ਅਲੀ ਗਾਇਜ਼ ਮਾਲ ਨੂੰ ਪਾਣੀ ਢਾ ਕੇ ਮੈਂ ਬੰਨ ਲਿਆ ਹੁਣ ਇਹਨਾਂ ਨੂੰ ਪਾਣੀ ਨੇ ਪੱਠੇ ਪੱਠੇ ਪਾ ਕੇ ਉਹ ਦੂਸਰੇ ਬੱਕਰੇ ਨੂੰ ਬੰਨਣਾ ਬਾਹਰ ਕਿਉਂਕਿ ਅੰਦਰ ਗਰਮੀ ਔਰ ਮੱਛਰ ਵਗੈਰਾ ਵੀ ਹਲਕਾ ਹਲਕਾ ਹੁੰਦਾ ਇਸ ਵਜ੍ਹਾ ਤੇ ਇਹਨਾਂ ਨੂੰ ਖੋਲ ਕੇ ਬਾਹਰ ਬੰਨਣਾ ਤੇ ਇਹਨਾਂ ਨੂੰ ਬਾਅਦ ਚ ਬੰਨਣਾ ਬਾਅਦ ਚ ਬੰਨਣਾ ਪਹਿਲਾਂ ਪਾਲ ਨੂੰ ਪੱਠੇ ਪੱਠੇ ਪਾ ਕੇ ਫਿਰ ਉਹਨਾਂ ਨੂੰ ਬਾਅਦ ਚ ਬੰਨਣਾ ਹਾਂਜੀ ਗਾਇਜ਼ ਜਿਹੜਾ ਪੱਠੇ ਪਾਣੇ ਵਾਲਾ ਕੰਮ ਸੀ ਉਹ ਵੀ ਕਰ ਲਿਆ ਫ੍ਰੀ ਹੋ ਗਿਆ ਹੁਣ ਵੇਖਨੇ ਆ ਲਾਈਟ ਆਈ ਏ ਕਿ ਨਹੀਂ ਜੇ ਲਾਈਟ ਅਗਰ ਆਈ ਏ ਤੇ ਫਿਰ ਬਾਅਦ ਜਿਹੜਾ ਕੰਮ ਕਰਨੇ ਵਾਲਾ ਆਪਣਾ ਪਾਣੀ ਛਾਣੀ ਤਰੋਂਕਣੇ ਵਾਲਾ ਉ ਤਰੋਂਕਣੇ ਆ ਗਾਈਜ਼ ਅੱਜ ਮੁਰਗੀ ਨੇ ਆਪਣੇ ਬੱਚਿਆਂ ਨੂੰ ਛੱਡ ਦਿੱਤਾ ਅਲੱਦਾ ਅਲੱਦਾ ਫੇਰੇ ਨੇ ਅਗਰ ਜਿਹੜਾ ਬੱਚਾ ਕੋਲ ਜਾਂਦਾ ਉਹਨੂੰ ਮਾਰਦੀ ਹੈ ਚੈੱਕ ਕਰੋ ਮੁਰਗੀ ਬਿਲਕੁਲ ਬੱਚਿਆਂ ਨੂੰ ਨੇੜੇ ਨਹੀਂ ਆਉਣ ਦੇਣਦੀ ਕਿਉਂਕਿ ਬੱਚੇ ਜਦੋਂ ਥੋੜੇ ਜਿਹਾ ਵੱਡੇ ਹੋ ਜਾਂਦੇ ਫਿਰ ਮੁਰਗੀ ਆਪਣੇ ਬੱਚੇ ਛੱਡ ਜਾਂਦੀ ਫਿਰ ਹੋਰ ਅੰਡੇ ਦੇਂਦੀ ਹੋਰ ਅੰਡੇ ਦੇਣ ਤੋਂ ਬਾਅਦ ਫਿਰ ਹੋਰ ਬੱਚੇ ਕੱਢਦੀ ਅੱਜ ਨਾਰਾਜ਼ ਹੋ ਗਈ ਹੈ ਮੁਰਗੀ ਉਹਨਾਂ ਨੂੰ ਨਾਲ ਨਹੀਂ ਰੱਖਣ ਦੇ ਬਿਲਕੁਲ ਉਹਨਾਂ ਨੂੰ ਮਾਰਦੀ ਹੈ ਛੋਟੇ ਬੱਚਿਆਂ ਦੇ ਅੱਜ ਹੋ ਗਿਆ علیحدਾ- علیحدਾ ਨਹੀਂ ਤੇ ਅੱਗੇ ਇੱਕ ਰੂਮ ਦੇ ਵਿੱਚ ਹੁੰਦੇ ਸੀ ਖੁਦ ਵੀ ਤੇ ਛੋਟੇ ਉਹਦੇ ਬੱਚੇ ਵੀ ਅੱਜ ਉਹਨੂੰ ਕਰ ਦਿੱਤਾ علیحدਾ ਕਿਉਂਕਿ ਆਪਣੇ ਛੋਟੇ ਬੱਚਿਆਂ ਨੂੰ ਮਾਰਦੀ ਹੈ ਇਸ ਵਜ੍ਹਾ ਤੋਂ ਅੱਜ ਇਹਨੂੰ علیحد੍ਹਾ ਢੱਕਾਂਗੇ ਛੋਟੇ ਬੱਚੇ ਹੋ ਗਏ علیحدਾ ਅਬ ਇਹ ਦੇਗੀ ਅੰਡੇ ਔਰ ਔਰ ਬੱਚੇ ਨਿਕਾਲੇਗੀ ਔਨ ਕੇ ਲਈ ਅਬ ਰਾਤ ਪੜ ਗਈ ਹੈ ਇਹ ਆਪਣੇ ਰੂਮ ਵਿੱਚ ਅਬ ਜਾ ਰਹੇ ਹਨ ਸੌਣੇ ਕੇ ਲਈ ਤਿਆਰੀ ਵਿੱਚ ਹੈ ਮੈਂ ਜਾ ਰਿਹਾ ਹੁਣ ਘਰ ਜਾ ਕੇ ਵੇਖਣਾ ਅਗਰ ਲੇਟ ਆਈਏ ਤੇ ਫਿਰ ਜਿਹੜਾ ਪਾਣੀ ਵਗੈਰਾ ਤਰੰਟਾ ਸੀ ਉਹ ਤਰੰਟਾ ਯਾ ਕਿ ਲਾਈਟ ਚੈੱਕ ਕਰਨ ਆਇਆ ਲਾਈਟ ਆਈ ਏ ਕਿ ਨਹੀਂ ਮਸ਼ਾਲਲਾ ਬਾਈਆ ਲੱਗਾ ਸੀ ਉਹਨੇ 2 4 6 2 8 2 10 11 12 ਵੇ ਮਸ਼ਾਲਲਾ ਰੰਗ ਕਰ ਲਿਆ 12 ਟਾਇਰ ਉਹਨੇ ਰੰਗ ਕਰ ਲਏ ਨੇ ਬਾਕੀ ਰਹਿ ਜਾਣੇ ਗਾਡਰ ਇਨਸ਼ਾਲਲਾ ਮੈਂ ਬਾਹਰ ਲਾ ਥੋੜਾ ਜਿਹਾ ਕੰਮ ਕਰਾਂ ਫਿਰ ਬਾਅਦ ਵਿੱਚ ਇਨਸ਼ਾਲਲਾ ਇਹਨਾਂ ਰੰਗ ਮਾਰਨੇ ਆ ਕਿ ਲਾਈਟ ਚੈੱਕ ਕਰਨ ਆਇਆ ਮੈਂ ਗਾਜ ਲਾਈਟ ਵੇਖੀਏ ਲਾਈਟ ਬਿਲਕੁਲ ਨਹੀਂ ਆਈ ਔਰ ਮੇਰਾ ਮੋਬਾਈਲ ਵੀ ਚਾਰਜਿੰਗ ਨਹੀਂ ਹੈ ਅੱਜ ਸਾਰਾ ਦਿਨ ਦੀ ਸਵੇਰ ਦੀ ਲਾਈਟ ਤਕਰੀਬਨ सात आठ बजे दी गई है मुड़ के नहीं आई आधा घंटा आई है उस टाइम मैं सुता पास मोबाइल अपना चार्जिंग त नहीं लगाया तकरीबन तो मोबाइल है ट्वेंटी नाइन फ़ीसद तो आज के फिर व्लॉग का करते हैं इधर ही एंड क्योंकि अब शाम पड़ गई है व्लॉग साफ़ नहीं बनेगा भाइयों ने मेरे चैनल को सब्सक्राइब नहीं किया जल्दी जल्दी सब्सक्राइब कर लें आज की वीडियो को करते हैं इधर एंड तब तक के लिए अल्लाह हाफिज़ बाय